ਹੈਲੋ ਐਂਡ ਵੈਲਕਮ ਟੂ ਰੇਸ ਅਕੈਡਮੀ ਅਫੀਸ਼ੀਅਲ। ਸਤਿ ਸ੍ਰੀ ਅਕਾਲ ਸਾਰਿਆਂ ਨੂੰ, ਨਮਸਤੇ, ਆਦਾਬ। ਵਾਰਡ ਅਟੈਂਡੈਂਟ ਵਾਸਤੇ ਸੁਪਰ ਫਾਸਟ ਰਿਵੀਜ਼ਨ ਇਸ ਚੈਨਲ 'ਤੇ ਮੈਂ ਕਰਵਾਉਣੀ ਸਟਾਰਟ ਕਰ ਰਿਹਾ ਹੈਗਾ। ਹਾਲਾਂਕਿ 3-4 ਦੇਣੀ ਆ, ਸੋਚਿਆ 3-4 ਦਿਨਾਂ ਦੇ ਵਿੱਚ ਤੁਸੀਂ ਜਿਹੜੀ ਸੁਪਰ ਫਾਸਟ ਰਿਵੀਜ਼ਨ ਕਰ ਲਉਂਗੇ ਤਾਂ ਮੇਰੇ ਹਿਸਾਬ ਨਾਲ ਤੁਹਾਨੂੰ ਇਹ ਪੇਪਰ ਦੇ ਵਿੱਚ ਬਹੁਤ ਜ਼ਿਆਦਾ ਫਾਇਦਾ ਦੇਖ ਸਕਦੇ। ਸੋ ਮੇਰਾ ਨਾਮ ਹੈ ਫਨਕਾਰ ਅਤੇ ਰੇਸ ਅਕੈਡਮੀ 'ਤੇ ਤੁਹਾਡਾ ਸਵਾਗਤ ਹੈ। ਰੇਸ ਅਕੈਡਮੀ ਅਫੀਸ਼ੀਅਲ ਨੂੰ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਫੋਰ ਅਪਕਮਿੰਗ ਵੀਡੀਓਜ਼। ਜਿੰਨੇ ਵੀ ਪੰਜਾਬ ਦੇ ਪੇਪਰ ਹੁੰਦੇ ਸਾਰਿਆਂ ਦੀ ਤਿਆਰੀ ਕਰਵਾਈ ਜਾਂਦੀ ਆ, ਅਤੇ ਰੇਸ ਅਕੈਡਮੀ ਅਫੀਸ਼ੀਅਲ ਦੀ ਜਿਹੜੀ ਐਪਲੀਕੇਸ਼ਨ ਆ, ਪਲੇ ਸਟੋਰ ਤੋਂ ਜਾ ਕੇ ਤੁਸੀਂ ਇੰਸਟਾਲ ਵੀ ਕਰ ਸਕਦੇ ਹੋ, ਅਤੇ ਸਾਰੇ ਲਿੰਕ ਆ ਜਿਹੜੇ ਵੀਡੀਓ ਦੀ ਡਿਸਕ੍ਰਿਪਸ਼ਨ ਦੇ ਵਿੱਚ ਦਿੱਤੇ ਹੋਏ। ਰਾਈਟ, ਸੋ ਚਲੋ ਆਪਾਂ ਕਰਦੇ ਹਾਂ ਜੀ ਸਟਾਰਟ। ਸੋ ਪਹਿਲਾ ਕੁਐਸਚਨ ਜਿਹੜਾ ਤੁਹਾਡੀ ਸਕਰੀਨ ਦੇ ਉੱਤੇ, ਵਾਯੂਮੰਡਲ ਵਿੱਚ ਜਿਹੜੀ ਆਕਸੀਜਨ ਦੀ ਮਾਤਰਾ ਉਹ ਕਿੰਨੀ ਹੁੰਦੀ ਆ? ਸੋ ਵਾਯੂਮੰਡਲ ਵਿੱਚ ਆਕਸੀਜਨ ਦੀ ਮਾਤਰਾ ਜਿਹੜੀ ਹੈਗੀ ਆ ਜੀ, ਉਹ 21% ਆ। ਜੇਕਰ ਐਗਜੈਕਟ ਪੁੱਛਿਆ ਜਾਵੇ ਤਾਂ 20.95% ਆ, ਇਹ ਯਾਦ ਕਰ ਲੈਣਾ ਹੈ ਆਕਸੀਜਨ ਦੀ ਮਾਤਰਾ। ਇਸੇ ਤਰ੍ਹਾਂ ਤੁਹਾਨੂੰ ਪੁੱਛਿਆ ਜਾ ਸਕਦਾ ਕਿ ਵਾਯੂਮੰਡਲ ਵਿੱਚ ਕਾਰਬਨ ਡਾਈਆਕਸਾਈਡ ਦੀ ਮਾਤਰਾ ਕਿੰਨੀ ਹੈ? ਕਾਰਬਨ ਡਾਈਆਕਸਾਈਡ ਦੀ ਜਿਹੜੀ ਪ੍ਰਤੀਸ਼ਤ ਮਾਤਰਾ ਉਹ ਹੈਗੀ ਹੈ 0.03 ਤੋਂ ਲੈ ਕੇ 0.04%। ਸੋ ਸੈਕੰਡ ਆਪਸ਼ਨ ਇਹਦਾ ਰਾਈਟ ਬਣਦਾ ਗਾ। ਸੁਪਰ ਫਾਸਟ, ਜ਼ਿਆਦਾ ਟਾਈਮ ਨਹੀਂ ਲਾਉਣਾ, ਨਾਲ ਦੀ ਨਾਲ ਆਨਸਰ ਲਾਈ ਜਾਣੇ, ਇਹੀ ਰਿਵੀਜ਼ਨ ਹੁੰਦੀ ਹੈ। ਵਾਯੂਮੰਡਲ ਵਿੱਚ ਨਾਈਟ੍ਰੋਜਨ ਦੀ ਮਾਤਰਾ ਕਿੰਨੀ ਹੁੰਦੀ ਹੈ? ਤਾਂ ਵਾਯੂਮੰਡਲ ਵਿੱਚ ਨਾਈਟ੍ਰੋਜਨ ਦੀ ਮਾਤਰਾ ਜਿਹੜੀ ਹੈਗੀ ਹੈ ਜੀ, ਉਹ 78% ਹੈ। ਸੋ ਵਾਯੂਮੰਡਲ ਤੋਂ ਗੈਸਾਂ ਦੀ ਮਾਤਰਾ ਪੁੱਛੇ ਜਾ ਸਕਦੀ ਹੈ, ਜਿਹੜੀ ਕਿ ਬਹੁਤ ਇੰਪੋਰਟੈਂਟ ਕੁਐਸਚਨ ਬਣ ਗਿਆ। ਸੋ ਸਾਰੇ ਯਾਦ ਕਰ ਲਓ, ਨਾਈਟ੍ਰੋਜਨ ਜਿਹੜੀ ਹੈਗੀ 78.08% ਆ, ਆਕਸੀਜਨ ਜਿਹੜੀ ਹੈਗੀ ਆ 20.95% ਆ, ਆਰਗਨ ਜਿਹੜੀ ਹੈਗੀ ਆ ਉਹ 0.93% ਆ, ਇਸ ਤੋਂ ਬਾਅਦ ਫਿਰ ਜ਼ੀਨੋਨ ਆ ਗਿਆ, ਨੀਓਨ ਆ ਗਿਆ, ਹਾਈਡਰੋਜਨ ਆ ਗਿਆ, ਹੀਲੀਅਮ ਆ ਗਿਆ, ਕ੍ਰਿਪਟੋਨ ਆ ਗਿਆ, ਅਤੇ ਕਾਰਬਨ ਡਾਈਆਕਸਾਈਡ ਆ ਗਿਆ। ਇਹ ਕੁਐਸਚਨ ਤੁਹਾਨੂੰ ਬਹੁਤ ਤਰ੍ਹਾਂ ਨਾਲ ਪੁੱਛੇ ਜਾ ਸਕਦੇ ਆ। ਸੋ ਇਕੱਲੀ ਇਕੱਲੀ ਗੈਸ ਦੀ ਮਾਤਰਾ ਯਾਦ ਕਰ ਲੈਣਾ ਹੈ। ਸਭ ਤੋਂ ਜਿਹੜਾ ਫੇਮਸ ਕੁਐਸਚਨ ਆ ਉਹ ਨਾਈਟ੍ਰੋਜਨ, ਆਕਸੀਜਨ, ਆਰਗਨ ਅਤੇ ਕਾਰਬਨ ਡਾਈਆਕਸਾਈਡ ਤੋਂ ਹੀ ਪੁੱਛੇ ਜਾਂਦੇ ਆ, ਪਰ ਫਿਰ ਵੀ ਕਈ ਵਾਰ ਅਪਡੇਟ ਦੇ ਵਿੱਚ ਤੁਹਾਨੂੰ ਨੀਓਨ ਪੁੱਛ ਲਿਆ, ਹਾਈਡਰੋਜਨ ਪੁੱਛ ਲਿਆ, ਸੋ ਇਹ ਵੀ ਤੁਸੀਂ ਯਾਦ ਰੱਖਣਾ ਹੈ। ਸੋ ਵਾਯੂਮੰਡਲ ਵਿੱਚ ਜਿੰਨੀਆਂ ਵੀ ਪ੍ਰਤੀਸ਼ਤ ਗੈਸਾਂ ਤੁਹਾਨੂੰ ਮਿਲ ਚੁੱਕੀਆਂ, ਵੈਰੀ ਗੁੱਡ। ਨੈਕਸਟ ਕੁਐਸਚਨ ਵੱਲ ਵੱਧਦੇ ਹਾਂ। ਸ਼ਰਾਬ ਪੀਣ ਨਾਲ, ਸ਼ਰਾਬ ਪੀਣ ਨਾਲ ਕਿਸ 'ਤੇ ਸਭ ਤੋਂ ਵੱਧ ਅਸਰ ਹੁੰਦਾ? ਸੋ ਸ਼ਰਾਬ ਪੀਣ ਨਾਲ ਭਾਈ ਹੁੰਦਾ ਹੈਗਾ ਸਭ ਤੋਂ ਵੱਧ ਅਸਰ ਜਿਗਰ 'ਤੇ, ਯਾਨੀ ਕਿ ਲਿਵਰ 'ਤੇ। ਲਿਵਰ 'ਤੇ ਜਿਹੜਾ ਤੁਹਾਡਾ ਲਿਵਰ ਆ ਉਹ ਖਰਾਬ ਹੋ ਜੂਗਾ ਜੇਕਰ ਤੁਸੀਂ ਸ਼ਰਾਬ ਜ਼ਿਆਦਾ ਸੇਵਨ ਕਰਦੇ ਹੋ, ਸ਼ਰਾਬ ਪੀਂਦੇ। ਰਾਈਟ ਹੋ ਗਿਆ। ਸੋ ਸੈਕੰਡ ਆਪਸ਼ਨ ਰਾਈਟ ਬਣਦਾ ਹੈਗਾ। ਨਸ਼ੀਲੀ ਦਵਾਈ ਇਹਨਾਂ 'ਚੋਂ ਕਿਹੜੀ ਆ? ਤੰਬਾਕੂ ਹੈ, ਦੁੱਧ ਹੈ, ਮੋਰਫੀਨ ਹੈ ਜਾਂ ਫਿਰ ਪਾਣੀ ਹੈ? ਓਬਵੀਅਸਲੀ ਗੱਲ ਹੈ ਇਹਦਾ ਜਿਹੜਾ ਆਂਸਰ ਆਊਗਾ ਮੋਰਫੀਨ ਆਊਗਾ, ਯਾਨੀ ਨਸ਼ੀਲੀ ਦਵਾਈ ਹੈ ਜਿਹੜੀ ਉਹ ਮੋਰਫੀਨ ਹੈ। ਇਸ ਤੋਂ ਬਾਅਦ ਆ ਗਿਆ ਜੀ ਤੰਬਾਕੂ ਵਿੱਚ ਕੀ ਹੁੰਦਾ? ਤੰਬਾਕੂ ਵਿੱਚ ਮੋਰਫੀਨ ਹੁੰਦੀ ਆ, ਨਿਕੋਟਿਨ ਹੁੰਦੀ ਆ, ਪਾਣੀ ਹੁੰਦਾ ਜਾਂ ਕੋਈ ਵੀ ਨਹੀਂ ਇਹਨਾਂ ਦੇ ਵਿੱਚੋਂ? ਤਾਂ ਕੀ ਹੁੰਦਾ? ਨਿਕੋਟਿਨ। ਤੰਬਾਕੂ ਦੇ ਸੇਵਨ ਕਰਨ ਨਾਲ ਤੁਹਾਨੂੰ ਕੈਂਸਰ ਹੋ ਸਕਦਾ, ਸੋ ਨਿਕੋਟਿਨ ਦੀ ਮਾਤਰਾ ਉਹਦੇ ਵਿੱਚ ਜ਼ਿਆਦਾ ਹੁੰਦੀ ਆ। ਇਸ ਤੋਂ ਬਾਅਦ ਆ ਗਿਆ ਜੀ ਇੱਕ ਆਮ ਮਨੁੱਖ ਦੀ ਪ੍ਰਤੀਕਿਰਿਆ ਸਮਾਂ ਕਿੰਨਾ ਹੁੰਦਾ? ਆਮ ਮਨੁੱਖ ਦਾ ਪ੍ਰਤੀਕਿਰਿਆ ਸਮਾਂ ਦਾ ਮਤਲਬ ਰਿਐਕਸ਼ਨ, ਜਿਹੜਾ ਆਪਾਂ ਹਿਊਮਨ ਰਿਐਕਸ਼ਨ ਦਿੰਦੇ ਹਾਂ, ਮੰਨ ਲਓ ਤੁਹਾਡੀ ਚੂੰਡੀ ਵੱਢੀ, ਕਿੰਨੀ ਛੇਤੀ ਰਿਐਕਟ ਕਰਦੇ ਹੋ ਤੁਸੀਂ? ਇੱਕ ਆਮ ਮਨੁੱਖ ਦੀ ਪ੍ਰਤੀਕਿਰਿਆ ਜਿਹੜਾ ਸਮਾਂ ਹੁੰਦਾ ਉਹ ਹੁੰਦਾ 0.66 ਸੈਕਿੰਡ, 0.66 ਸੈਕਿੰਡ। ਸੋ ਯਾਦ ਰੱਖਣਾ ਗਾ, ਬਹੁਤ ਇੰਪੋਰਟੈਂਟ। ਕਈ ਥਾਵਾਂ 'ਤੇ 0.67 ਵੀ ਲਿਖਿਆ ਹੋ ਸਕਦਾ, ਸੋ ਬਾਹਲੀ ਕਨਫਿਊਜ਼ਨ ਨਾ ਮੰਨਿਓ, 66-67 'ਚ ਕੋਈ ਫਰਕ ਨਹੀਂ ਹੈਗਾ ਬਾਹਲਾ। ਇਸ ਤੋਂ ਬਾਅਦ ਆ ਗਿਆ ਤੰਬਾਕੂ ਦੀ ਲਗਾਤਾਰ ਵਰਤੋਂ ਨਾਲ ਕੀ ਹੋ ਸਕਦਾ? ਤੰਬਾਕੂ ਦੀ ਲਗਾਤਾਰ ਵਰਤੋਂ ਨਾਲ ਫੇਫੜਿਆਂ ਦਾ ਕੈਂਸਰ, ਮਿਆਦੀ ਬੁਖਾਰ, ਮਲੇਰੀਆ ਜਾਂ ਕੋਈ ਵੀ ਨਹੀਂ? ਤੁਹਾਨੂੰ ਵੀ ਪਤਾ ਕਿ ਤੰਬਾਕੂ ਦਾ ਸੇਵਨ ਕਰਨ ਦੇ ਨਾਲ ਤੁਹਾਨੂੰ ਫੇਫੜਿਆਂ ਦਾ ਕੈਂਸਰ ਹੋ ਸਕਦਾ। ਇਸ ਤੋਂ ਬਾਅਦ ਆ ਗਿਆ ਜੀ ਟੀਕੇ ਦੀ ਖੋਜ ਕਿਸਨੇ ਕੀਤੀ ਹੈ? ਬਹੁਤ ਹੀ ਇੰਪੋਰਟੈਂਟ ਹੈ। ਟੀਕੇ ਦੀ ਖੋਜ ਜਿਹੜੀ ਕੀਤੀ ਹੈ ਉਹ ਐਡਵਰਡ ਜ਼ੀਨਰ ਨੇ ਕੀਤੀ ਹੈ। ਜੇਕਰ ਇੰਗਲਿਸ਼ ਦੇ ਵਿੱਚ ਵੀ ਲਿਖਿਆ ਆ ਗਿਆ
ਤਾਂ ਯਾਦ ਰੱਖਣਾ ਐਡਵਰਡ ਜੀਨਰ, ਠੀਕ ਹੈ ਦੀ ਖੋਜ ਬਹੁਤ ਇੰਪੋਰਟੈਂਟ ਹੈ। ਅਤੇ ਸਮਾਲ ਪੌਕਸ ਯਾਨੀ ਕਿ ਚੇਚਕ ਦੀ ਖੋਜ ਕੀਤੀ ਸੀਗੀ। ਇਹ ਵੀ ਪੁੱਛਿਆ ਜਾ ਸਕਦਾ ਵੀ ਟੀਕੇ ਦੀ ਜਿਹੜੀ ਖੋਜ ਕੀਤੀ ਸੀ ਉਹ ਕਿਹੜਾ ਟੀਕਾ ਸੀਗਾ, ਤਾਂ ਚੇਚਕ ਬਿਮਾਰੀ ਦੇ ਵਾਸਤੇ ਟੀਕਾ ਤਿਆਰ ਕੀਤਾ ਗਿਆ ਸੀ, ਸਮਾਲ ਪੌਕਸ ਦੀ ਵੈਕਸੀਨ ਸੀ, ਰਾਈਟ। ਜਿਹੜਾ ਕਿ ਨੈਕਸਟ ਹੀ ਕੁਐਸਚਨ ਹੈ ਕਿ ਚੇਚਕ ਦੇ ਟੀਕੇ ਦੀ ਖੋਜ ਕਿਸਨੇ ਕੀਤੀ, ਤਾਂ ਐਵੇਂ ਵੀ ਕੁਐਸਚਨ ਪੁੱਛਿਆ ਜਾ ਸਕਦਾ ਟੀਕੇ ਦੀ ਖੋਜ ਕਿਸਨੇ ਕੀਤੀ, ਪਹਿਲਾ ਟੀਕਾ ਸੀ ਇਹ, ਅਤੇ ਚੇਚਕ ਦੇ ਟੀਕੇ ਦੀ ਖੋਜ ਜਿਹੜੀ ਕੀਤੀ ਆ ਐਡਵਰਡ ਜੀਨਰ, ਰਾਈਟ। ਆਨਸਰ ਸੇਮ ਹੀ ਹੈ, ਪੁੱਛਿਆ ਜਾ ਸਕਦਾ ਵੀ ਉਹ ਟੀਕਾ ਕਿਹੜਾ ਸੀਗਾ ਜਾਂ ਫਿਰ ਪਹਿਲੀ ਖੋਜ ਕਿਹਨੇ ਕੀਤੀ ਹੈ, ਐਡਵਰਡ ਜੀਨਰ ਨੇ। ਸੋ ਇਹ ਯਾਦ ਰੱਖਣਾ, ਦੇਖ ਲਓ ਯਾਦ ਰੱਖ ਲਓ ਕਿ ਡਿਸਕਵਰੀ ਆਫ ਸਮਾਲ ਪੌਕਸ ਚੇਚਕ ਦੀ ਬਿਮਾਰੀ ਜਿਹੜੀ ਹੈ, ਦਾ ਪ੍ਰੋਸੈਸ ਆਫ ਵੈਕਸੀਨੇਸ਼ਨ ਵਾਜ ਡਿਸਕਵਰਡ ਬਾਈ ਐਡਵਰਡ ਜੈਨਰ, ਯਾਦ ਰੱਖਣਾ 1796 ਦੇ ਵਿੱਚ। ਇਹ ਵੀ ਪੁੱਛਿਆ ਜਾ ਸਕਦਾ ਵੀ ਕਦੋਂ ਖੋਜ ਹੋਈ ਹੈ, ਇਹਦੀ 1796 ਦੇ ਵਿੱਚ ਹੋਈ ਹੈ, ਇਹ ਵੀ ਤੁਸੀਂ ਯਾਦ ਰੱਖ ਸਕਦੇ ਹੋ। ਇਸ ਤੋਂ ਬਾਅਦ ਆ ਗਿਆ ਜੀ ਪੈਨਸਲੀਨ, ਪੈਨਸਲੀਨ ਦੀ ਖੋਜ ਕਿਸਨੇ ਕੀਤੀ ਹੈ, ਅਤੇ ਪੈਨਸਲੀਨ ਦੀ ਖੋਜ ਕੀਤੀ ਹੈ ਜਿਹੜੀ ਅਲੈਗਜ਼ੈਂਡਰ ਫਲੇਮਿੰਗ ਨੇ ਕੀਤੀ ਹੈ, ਅਲੈਗਜ਼ੈਂਡਰ ਫਲੇਮਿੰਗ ਨੇ, ਯਾਦ ਰੱਖਣਾ ਬਹੁਤ ਹੀ ਇੰਪੋਰਟੈਂਟ ਕੁਐਸਚਨ ਹੈ ਅਲੈਗਜ਼ੈਂਡਰ ਫਲੇਮਿੰਗ। ਰੇਡੀਅਮ ਅਤੇ ਪੋਲੋਨੀਅਮ ਦੀ ਖੋਜ ਕਿਸਨੇ ਕੀਤੀ ਹੈ, ਰੇਡੀਅਮ ਅਤੇ ਪੋਲੋਨੀਅਮ ਦੀ ਖੋਜ ਕਿਸਨੇ ਕੀਤੀ ਹੈ, ਇਹ ਕੀਤੀ ਹੈ ਜੀ ਮੈਡਮ ਮੇਰੀ ਕਿਊਰੀ ਨੇ, ਮੈਡਮ ਮੇਰੀ ਕਿਊਰੀ ਨੇ। ਸੋ ਇਹ ਯਾਦ ਤੁਸੀਂ ਰੱਖਣਾ ਹੈ, ਮੈਡਮ ਮੇਰੀ ਕਿਊਰੀ ਨੇ, ਮੈਡਮ ਮੇਰੀ ਕਿਊਰੀ ਨੇ, ਰਾਈਟ ਹੋ ਗਿਆ। ਰੇਡੀਅਮ ਅਤੇ ਪੋਲੋਨੀਅਮ ਦੀ ਖੋਜ ਕਦੋਂ ਕੀਤੀ ਹੈ, ਜਿਹੜੀ ਮੈਡਮ ਕਿਊਰੀ ਦੀ ਆਪਾਂ ਗੱਲ ਕਰਕੇ ਹਟੇ ਹਾਂ, ਇਹਨਾਂ ਨੇ ਖੋਜ ਕੀਤੀ ਕਦੋਂ ਸੀ, 1898, 1890, 1905 ਜਾਂ 1963, 1898 ਦੇ ਵਿੱਚ, 1898 ਦੇ ਵਿੱਚ ਇਹ ਆਪਸ਼ਨ ਦਾ ਰਾਈਟ ਬਣਦਾ, ਯਾਦ ਰੱਖਣਾ। ਚੇਚਕ ਦਾ ਟੀਕਾ ਜਿਹੜਾ ਆਪਾਂ ਗੱਲ ਕੀਤੀ ਹੈ ਕਿ ਚੇਚਕ ਦਾ ਜਿਹੜਾ ਟੀਕਾ ਗਾ ਉਹ ਐਡਵਰਡ ਜੀਨਰ ਨੇ ਖੋਜ ਕੀਤੀ ਹੈ, ਕਦੋਂ ਕੀਤੀ ਹੈ, 1796 ਦੇ ਵਿੱਚ, ਹੁਣੇ ਆਪਾਂ ਪੜ੍ਹ ਕੇ ਹਟੇ ਹਾਂ। ਸੋ ਯਾਦ ਰੱਖਣਾ 1796 ਦੇ ਵਿੱਚ। ਪੈਨਸਲੀਨ ਦੀ ਖੋਜ ਕਿਹਨੇ ਕੀਤੀ ਹੈ, ਪਹਿਲਾਂ ਆਪਾਂ ਹੁਣੇ ਪੜ੍ਹ ਕੇ ਹਟੇ ਹਾਂ, ਯਾਦ ਕਰੋ ਨਾਲ ਦੀ ਨਾਲ, ਅਲੈਗਜ਼ੈਂਡਰ ਫਲੇਮਿੰਗ ਨੇ, ਅਲੈਗਜ਼ੈਂਡਰ ਫਲੇਮਿੰਗ ਨੇ, ਐਂਡ ਕਦੋਂ ਕੀਤੀ ਆ, 1928 ਦੇ ਵਿੱਚ, ਯਾਦ ਰੱਖਣਾ ਪੈਨਸਲੀਨ ਦੀ ਖੋਜ ਆ ਜਿਹੜੀ 1928 ਦੇ ਵਿੱਚ ਹੋਈ ਆ। ਸੋ ਇਹ ਕੁਐਸਚਨ ਪੁੱਛੇ ਜਾ ਸਕਦੇ ਨੇ। ਮਨੁੱਖ ਨੂੰ ਹਰ ਰੋਜ਼ ਕਿੰਨੇ ਲੀਟਰ ਪਾਣੀ ਪੀਣਾ ਚਾਹੀਦਾ, ਦੇਖੋ ਬਹੁਤ ਸੌਖਾ ਹੈਗਾ, 15 ਤੋਂ 20 ਲੀਟਰ, 1.5 ਤੋਂ 2 ਲੀਟਰ, 2.7 ਤੋਂ 3.7 ਲੀਟਰ, ਜਾਂ ਫਿਰ 45 ਤੋਂ 50 ਲੀਟਰ। 2.7 ਤੋਂ ਲੈ ਕੇ 3.7 ਲੀਟਰ ਬੰਦੇ ਨੂੰ ਪਾਣੀ ਪੀਣਾ ਚਾਹੀਦਾ ਮਨੁੱਖ ਨੂੰ ਹਰ ਰੋਜ਼। ਵਿਟਾਮਿਨ ਏ ਦੀ ਕਮੀ ਨਾਲ ਕਿਹੜਾ ਰੋਗ ਹੁੰਦਾ, ਬਹੁਤ ਹੀ ਸੌਖਾ, ਵਿਟਾਮਿਨ ਏ ਦੀ ਕਮੀ ਨਾਲ ਜੀ ਅੰਧਰਾਤਾ ਰੋਗ ਹੋ ਜਾਂਦਾ, ਜਿਹਨੂੰ ਆਪਾਂ ਨਾਈਟ ਬਲਾਈਂਡਨੈਸ ਵੀ ਕਹਿੰਦੇ ਹਾਂ, ਵਿਟਾਮਿਨ ਏ ਦੀ ਕਮੀ ਨਾਲ, ਠੀਕ ਹੈ। ਸੋ ਇਹ ਸੀਗੇ ਕੁਐਸਚਨ ਪਹਿਲੇ ਪਾਰਟ ਦੇ, ਅਤੇ ਇਸ ਤੋਂ ਬਾਅਦ ਆਪਾਂ ਨੈਕਸਟ ਕੁਐਸਚਨ ਇਸੇ ਦੇ ਵਿੱਚ ਹੀ ਕਰਦੇ। ਵਿਟਾਮਿਨ ਬੀ ਦੀ ਕਮੀ ਨਾਲ ਕਿਹੜਾ ਰੋਗ ਹੁੰਦਾ ਜੀ, ਵਿਟਾਮਿਨ ਬੀ ਦੀ ਕਮੀ ਨਾਲ ਜਿਹੜਾ ਹੁੰਦਾ ਗਾ ਰੋਗ ਉਹ ਹੁੰਦਾ ਬੇਰੀ ਬੇਰੀ, ਵਿਟਾਮਿਨ ਬੀ ਦੀ ਕਮੀ ਨਾਲ ਕਿਹੜਾ ਹੁੰਦਾ ਗਾ ਬੇਰੀ ਬੇਰੀ ਰੋਗ ਹੁੰਦਾ, ਰਾਈਟ। ਵਿਟਾਮਿਨ ਕੇ ਕਿਸ ਤਰ੍ਹਾਂ ਦੀ ਕਿਰਿਆ ਵਿੱਚ ਸਹਾਇਤਾ ਕਰਦਾ, ਵਿਟਾਮਿਨ ਜਿਹੜਾ ਕੇ ਹੁੰਦਾ ਗਾ ਬੇਸਿਕਲੀ ਉਹ ਲਹੂ ਨੂੰ ਜੰਮਣ ਵਿੱਚ ਸਹਾਈ ਹੁੰਦਾ, ਲਹੂ ਜਿਵੇਂ ਮੰਨ ਲਓ ਤੁਹਾਡੇ ਸੱਟ ਲੱਗ ਗਈ ਤਾਂ ਨਾਲ ਦੀ ਨਾਲ ਤੁਹਾਡਾ ਲਹੂ ਆ ਜਿਹੜਾ ਉੱਥੇ ਜੰਮ ਜਾਂਦਾ, ਤਾਂ ਉਹਦੇ ਵਿੱਚੋਂ ਕੌਣ ਸਹਾਈ ਹੁੰਦਾ ਗਾ, ਵਿਟਾਮਿਨ ਕੇ। ਸੋ ਲਹੂ ਦੇ ਜੰਮਣ ਵਿੱਚ ਵਿਟਾਮਿਨ ਕੇ ਸਹਾਈ ਹੁੰਦਾ ਹੈ। ਫੋਰਥ ਆਪਸ਼ਨ, ਵਿਟਾਮਿਨ ਸੀ ਦੀ ਕਮੀ ਨਾਲ ਕਿਹੜਾ ਰੋਗ ਹੁੰਦਾ, ਵਿਟਾਮਿਨ ਸੀ ਦੀ ਕਮੀ ਨਾਲ ਜਿਹੜਾ ਹੁੰਦਾ ਗਾ ਸਕਰਵੀ ਰੋਗ ਹੁੰਦਾ, ਵਿਟਾਮਿਨ ਸੀ ਦੀ ਕਮੀ ਨਾਲ ਸਕਰਵੀ ਰੋਗ ਹੁੰਦਾ ਗਾ। ਆਇਓਡੀਨ ਦੀ ਕਮੀ ਨਾਲ ਕੀ ਹੁੰਦਾ ਗਾ, ਆਇਓਡੀਨ ਦੀ ਕਮੀ ਨਾਲ ਜਿਹੜਾ ਹੁੰਦਾ ਤੁਹਾਨੂੰ ਗਿੱਲੜ ਰੋਗ ਹੁੰਦਾ ਗਾ, ਜਿਹਨੂੰ ਆਪਾਂ ਇੰਗਲਿਸ਼ 'ਚ ਗੋਇਟਰ ਕਹਿ ਦਿੰਦੇ ਹਾਂ, ਗਿੱਲੜ ਰੋਗ, ਆਇਓਡੀਨ ਦੀ ਕਮੀ ਨਾਲ ਗਿੱਲੜ ਰੋਗ ਹੁੰਦਾ। ਦੇਖੋ ਆ ਵਿਟਾਮਿਨ ਸੀ ਦੀ ਕਮੀ ਨਾਲ,
ਰਾਈਟ ਹੈ, ਬੇਰੀ ਬੇਰੀ ਵਿਟਾਮਿਨ ਬੀ ਦੀ ਕਮੀ ਨਾਲ, ਤੇ ਆਹ ਇਨਸੁਲਿਨ ਕਰਕੇ ਆਉਂਦਾ, ਪੁੱਛਿਆ ਜਾ ਸਕਦਾ ਹੈ। ਲੋਹੇ ਦੀ ਘਾਟ ਕਾਰਨ ਕਿਹੜਾ ਰੋਗ ਹੁੰਦਾ? ਲੋਹੇ ਦੀ ਘਾਟ ਕਾਰਨ ਪੀਲੀਆ ਹੁੰਦਾ, ਲੋਹੇ ਦੀ ਘਾਟ ਕਾਰਨ ਪੀਲੀਆ ਹੋ ਜਾਂਦਾ, ਯਾਦ ਰੱਖਣਾ। ਵਿਟਾਮਿਨ ਡੀ ਦੀ ਕਮੀ ਕਰਕੇ ਕੀ ਹੁੰਦਾ ਗਾ? ਵਿਟਾਮਿਨ ਡੀ ਆਪਾਂ ਨੂੰ ਕਿੱਥੋਂ ਪ੍ਰਾਪਤ ਹੁੰਦੀ ਹੈ? ਸਨ ਤੋਂ, ਯਾਨੀ ਕਿ ਸੂਰਜ ਤੋਂ, ਠੀਕ ਹੈ, ਆਟੋਮੈਟਿਕਲੀ ਵਿਟਾਮਿਨ ਬੀ ਬਣਦਾ ਗਾ, ਠੀਕ ਹੈ। ਸੋ ਵਿਟਾਮਿਨ ਬੀ ਡੀ ਦੀ ਜਿਹੜੀ ਕਮੀ ਹੈ ਉਹਦੇ ਨਾਲ ਕਿਹੜਾ ਰੋਗ ਹੁੰਦਾ ਗਾ? ਤਾਂ ਵਿਟਾਮਿਨ ਡੀ ਦੀ ਕਮੀ ਨਾਲ ਜਿਹੜਾ ਹੁੰਦਾ ਗਾ ਉਹ ਇਹਨਾਂ ਦੇ ਵਿੱਚੋਂ ਕੀ ਆ ਜੂਗਾ? ਦੇਖੋ, ਸਕਰਵੀ ਨਹੀਂ ਆ ਸਕਦਾ, ਗਿੱਲੜ ਨਹੀਂ ਆ ਸਕਦੇ, ਆਪਾਂ ਪੜ੍ਹ ਲਏ, ਸ਼ੂਗਰ ਨਹੀਂ ਆ ਸਕਦਾ। ਇਸ ਤਰੀਕੇ ਦੇ ਨਾਲ ਵੀ ਤੁਸੀਂ ਕਰ ਸਕਦੇ ਹੋ। ਸੋਕੜਾ ਰੋਗ ਜਿਹਨੂੰ ਆਪਾਂ ਰਿਕਟਸ ਕਹਿੰਦੇ ਹਾਂ, ਤੁਹਾਡੇ ਹੱਡ ਪੈਰ ਆ ਜਿਹੜੇ ਮੁੜ ਜਾਂਦੇ ਆ, ਸੁੱਕ ਜਾਂਦੇ ਆ, ਸੋਕੜਾ ਰੋਗ ਵਿਟਾਮਿਨ ਡੀ ਦੀ ਕਮੀ। ਮੱਛੀਆਂ ਵਿੱਚ ਸਾਹ ਕਿਰਿਆ ਲਈ ਕੀ ਹੁੰਦੀ ਹੈ? ਮੱਛੀਆਂ ਯਾਨੀ ਕਿ ਸਾਹ ਕਿੱਥੋਂ ਲੈਂਦੀਆਂ? ਆਪਣੇ ਗਿਲਜ਼ ਤੋਂ, ਜਿਹਨੂੰ ਆਪਾਂ ਕੀ ਕਹਿੰਦੇ ਹਾਂ? ਗਲਫੜਿਆਂ ਤੋਂ ਸਾਹ ਮੱਛੀਆਂ ਲੈਂਦੀਆਂ। ਮਨੁੱਖੀ ਦਿਲ ਵਿੱਚ ਕਿੰਨੇ ਖਾਨੇ ਹੁੰਦੇ ਆ? ਬਹੁਤ ਸੌਖਾ, ਮਨੁੱਖੀ ਦਿਲ ਵਿੱਚ ਖਾਨੇ ਜਿਹੜੇ ਹੁੰਦੇ ਆ ਉਹ ਕਿੰਨੇ ਹੁੰਦੇ ਆ? ਚਾਰ, ਔਰੀਕਲ, ਵੈਂਟਰੀਕਲ ਵਗੈਰਾ, ਠੀਕ ਹੈ, ਚਾਰ ਹੁੰਦੇ ਆ। ਜੀਵਨ ਦੀ ਸਭ ਤੋਂ ਛੋਟੀ ਇਕਾਈ ਕਿਹੜੀ ਹੈ? ਜੀਵਨ ਤੋਂ ਸਭ ਤੋਂ ਛੋਟੀ ਇਕਾਈ ਕਿਹੜੀ ਆ? ਸੈੱਲ। ਜੀਵਨ ਦੀ ਸਭ ਤੋਂ ਛੋਟੀ ਇਕਾਈ ਸੈੱਲ ਹੈ, ਸੋ ਯਾਦ ਰੱਖਣਾ ਪਹਿਲਾਂ। ਲਹੂ ਦੇ ਤਰਲ ਭਾਗ ਨੂੰ ਕੀ ਕਹਿੰਦੇ ਆ? ਲਹੂ ਦੇ ਤਰਲ ਭਾਗ ਨੂੰ ਕੀ ਕਹਿੰਦੇ ਆ? ਪਲਾਜ਼ਮਾ। ਲਹੂ ਦੇ ਤਰਲ ਭਾਗ ਨੂੰ ਕੀ ਕਹਿੰਦੇ ਆ? ਪਲਾਜ਼ਮਾ। ਜਿਹੜਾ ਆਪਣਾ ਜਿਹੜਾ ਲਹੂ ਆ ਉਹ ਲਿਕੁਇਡ ਫਾਰਮ 'ਚ ਪਲਾਜ਼ਮਾ ਕਰਕੇ ਹੀ ਹੁੰਦਾ ਗਾ, ਰਾਈਟ। ਸੋ ਤਰਲ ਜਿਹੜਾ ਪਦਾਰਥ ਆ ਉਹ ਕਿਹੜਾ ਗਾ? ਪਲਾਜ਼ਮਾ। ਕਿੰਨੇ ਪ੍ਰਸੈਂਟ ਹੁੰਦੇ ਇਹ ਵੀ ਪੁੱਛਿਆ ਜਾ ਸਕਦਾ? ਅਬਾਊਟ 60%, 60% ਦੇ ਨੇੜੇ ਤੇੜੇ ਪਲਾਜ਼ਮਾ ਹੁੰਦਾ ਬਲੱਡ ਦੇ ਵਿੱਚ। ਲਹੂ ਵਿੱਚ ਹੀਮੋਗਲੋਬਿਨ ਲਿਜਾਣ ਲਈ ਕਿਹੜੀ ਗੈਸ ਮਦਦ ਕਰਦੀ ਹੈ? ਆਕਸੀਜਨ। ਲਹੂ ਜਦੋਂ ਹੀਮੋਗਲੋਬਿਨ ਜਾਂਦੀ ਹੈ ਤਾਂ ਨਾਲ ਆਕਸੀਜਨ ਜਾਂਦੀ, ਆਕਸੀਜਨ ਹੈਲਪ ਕਰਦੀ ਹੈ ਆਪਣੇ ਪੂਰੇ ਸਰੀਰ ਵਿੱਚ ਲਹੂ ਨੂੰ ਟ੍ਰਾਂਸਫਰ ਕਰਨ ਦੇ। ਸੈੱਲ ਦੀ ਸੀਮਾ ਨੂੰ ਕੀ ਕਹਿੰਦੇ ਹਨ? ਤਾਂ ਸੈੱਲ ਦੀ ਸੀਮਾ ਨੂੰ ਕਿਹਾ ਜਾਂਦਾ ਗਾ ਸੈੱਲ ਮੈਂਬਰੇਨ, ਸੈੱਲ ਮੈਂਬਰੇਨ, ਸੈੱਲ ਮੈਂਬਰੇਨ। ਇਹਨੂੰ ਪੰਜਾਬੀ 'ਚ ਕੀ ਕਹਾਂਗੇ? ਝਿੱਲੀ। ਸੈੱਲ ਮੈਂਬਰੇਨ, ਸੈੱਲ ਦੀ ਸੀਮਾ ਨੂੰ ਝਿੱਲੀ ਕਹਿੰਦੇ ਆ। ਸੈੱਲ ਵਿੱਚ ਮੌਜੂਦ ਜੈਲੀ ਵਰਗੇ ਪਦਾਰਥ ਨੂੰ ਕੀ ਕਿਹਾ ਜਾਂਦਾ? ਸੈੱਲ ਵਿੱਚ ਮੌਜੂਦ ਜੈਲੀ ਵਰਗਾ, ਥੋੜ੍ਹਾ ਜਿਹਾ ਐਮਲਗਮ ਟਾਈਪ ਹੁੰਦਾ ਗਾ ਜੈਲੀ ਵਰਗਾ, ਉਹ ਕੀ ਹੁੰਦਾ ਗਾ? ਸਾਈਟੋਪਲਾਜ਼ਮਾ। ਸੋ ਯਾਦ ਰੱਖਣਾ, ਸਾਈਟੋਪਲਾਜ਼ਮਾ। ਪਲਾਜ਼ਮਾ ਦਾ ਮਤਲਬ ਲਿਕੁਇਡ ਹੁੰਦਾ ਗਾ, ਸਾਈਟੋ ਦਾ ਮਤਲਬ ਸੈੱਲ, ਤਾਂ ਸੈੱਲ ਦੇ ਵਿੱਚ ਸੈੱਲ ਪਲਾਜ਼ਮਾ ਯਾਨੀ ਕਿ ਸਾਈਟੋਪਲਾਜ਼ਮਾ, ਯਾਦ ਰੱਖਣਾ। ਆਕਸੀਜਨ ਦੀ ਖੋਜ ਕਿਸਨੇ ਕੀਤੀ ਹੈ? ਪ੍ਰਿਸਟਲੇ, ਵਿਲੀਅਮ ਜੌਨ ਪ੍ਰਿਸਟਲੇ। ਪ੍ਰਿਸਟਲੇ ਇਹਦਾ ਆਂਸਰ ਆ ਗਿਆ, ਪਹਿਲਾ ਆਪਸ਼ਨ, ਆਕਸੀਜਨ ਦੀ ਖੋਜ। ਆਕਸੀਜਨ ਦੀ ਖੋਜ ਕਦੋਂ ਹੋਈ ਆ, ਇਹ ਵੀ ਇੰਪੋਰਟੈਂਟ ਹੈ। ਜਿੰਨੇ ਵੀ ਆਪਾਂ ਹੁਣ ਤੱਕ ਪੜ੍ਹੇ ਆ ਉਹ ਕਦੋਂ ਖੋਜ ਵਾਲੇ ਵੀ ਯਾਦ ਤੁਸੀਂ ਜ਼ਰੂਰ ਕਰਨਾ। ਕਦੋਂ ਹੋਈ ਆ? 1772, 1992, 1872 ਜਾਂ ਫਿਰ 1000। ਇੱਕ ਤਾਂ 1772 ਦੇ ਵਿੱਚ ਆਕਸੀਜਨ ਦੀ ਖੋਜ ਹੋਈ, ਆਕਸੀਜਨ ਦੀ ਖੋਜ ਹੋਈ। ਓਕੇ ਹੋ ਗਿਆ। ਸੋ ਇਹ ਤੁਸੀਂ ਯਾਦ ਰੱਖਣਾ ਹੈ। ਕਾਰਬਨ ਡਾਈਆਕਸਾਈਡ ਦੀ ਠੋਸ ਅਵਸਥਾ ਨੂੰ ਕੀ ਕਹਿੰਦੇ ਆ? ਤਾਂ ਡਰਾਈ ਆਈਸ ਕਹਿੰਦੇ ਆ। ਕਾਰਬਨ ਡਾਈਆਕਸਾਈਡ ਦੀ ਠੋਸ ਅਵਸਥਾ ਨੂੰ ਆਪਾਂ ਕੀ ਕਹਿੰਦੇ ਹਾਂ? ਡਰਾਈ ਆਈਸ, ਜਿਹਨੂੰ ਆਪਾਂ ਕੀ ਕਹਿ ਸਕਦੇ ਹਾਂ? ਖੁਸ਼ਕ ਬਰਫ ਪੰਜਾਬੀ ਦੇ ਵਿੱਚ। ਬਿਜਲੀ ਦੇ ਬੱਲਬ ਵਿੱਚ ਕਿਹੜੀ ਗੈਸ ਹੁੰਦੀ ਹੈ? ਬਿਜਲੀ ਦਾ ਬੱਲਬ ਜਿਹੜਾ ਹੁੰਦਾ ਉਹਦੇ ਵਿੱਚ ਕਿਹੜੀ ਗੈਸ ਹੁੰਦੀ ਹੈ? ਤੁਹਾਡੀ ਆਰਗਨ, ਆਰਗਨ ਯਾਨੀ ਕਿ ਫੋਰਥ ਆਪਸ਼ਨ। ਆਇਤਨ ਅਨੁਸਾਰ ਪਾਣੀ ਵਿੱਚ
ਹਾਈਡਰੋਜਨ ਅਤੇ ਆਕਸੀਜਨ ਦੀ ਅਨੁਪਾਤ ਕਿੰਨਾ ਹੁੰਦਾ ਹੈ ਆਇਤਨ ਅਨੁਸਾਰ? ਤਾਂ ਕਿੰਨਾ ਹੋਊਗਾ? 2:1 H2O 2:1 ਹਾਈਡਰੋਜਨ ਤੇ ਤੁਹਾਡਾ ਜਿਹੜਾ ਹੈਗਾ ਆਕਸੀਜਨ ਦਾ ਅਨੁਪਾਤ। ਪਾਣੀ ਦੀ ਘਣਤਾ ਕਿੰਨੇ ਤਾਪਮਾਨ ਤੇ ਸਭ ਤੋਂ ਵੱਧ ਹੈ? ਪਾਣੀ ਦੀ ਘਣਤਾ 4 ਡਿਗਰੀ, ਡੈਂਸਿਟੀ ਜਿਹੜੀ ਪਾਣੀ ਦੀ ਹੁੰਦੀ ਹੈ ਸਭ ਤੋਂ ਵੱਧ 4 ਡਿਗਰੀ ਸੈਲਸੀਅਸ ਤੇ ਹੁੰਦੀ ਹੈ, ਯਾਦ ਰੱਖਣਾ। ਪਾਣੀ ਵਿਚਲੇ ਜੀਵਾਣੂਆਂ ਨੂੰ ਪਾਣੀ ਤੋਂ ਅਲੱਗ ਕਰਨ ਦੀ ਕਿਹੜੀ ਦਵਾਈ ਵਰਤੀ ਜਾਂਦੀ ਹੈ? ਤਾਂ ਪਾਣੀ ਵਿਚਲੇ ਜਿਹੜੇ ਜੀਵਾਣੂ ਹੁੰਦੇ ਉਹਨਾਂ ਨੂੰ ਅਲੱਗ ਕਰਨ ਲਈ ਕਿਹੜੀ ਗੈਸ ਵਰਤੀ ਜਾਂਦੀ ਹੈ? ਕਲੋਰੀਨ ਗੈਸ, ਕਲੋਰੀਨ ਗੈਸ। RBC ਦਾ ਪੂਰਾ ਨਾਮ ਕੀ ਹੈ? RBC ਦਾ ਪੂਰਾ ਨਾਮ ਕੀ ਹੈ? ਰੈੱਡ ਬਲੱਡ ਕਾਰਪਲਸਿਸ ਜਾਂ ਰੈੱਡ ਬਲੱਡ ਸੈੱਲ। ਰੈੱਡ ਬਲੱਡ ਸੈੱਲ ਹੈ ਜਿਹੜਾ ਆ ਗਿਆ ਲਾਲ ਰਕਤ ਕਣ, ਯਾਦ ਰੱਖਣਾ ਰੈੱਡ ਬਲੱਡ ਸੈੱਲ। ਮਲੇਰੀਆ ਨੂੰ ਫੈਲਾਉਣ ਵਿੱਚ ਕਿਹੜੇ ਕੀਟਾਣੂ ਦਾ ਨਾਮ ਆਉਂਦਾ, ਵਾਲੇ ਕੀਟਾਣੂ ਦਾ ਨਾਮ ਕੀ ਹੈ ਦੱਸੋ? ਮਲੇਰੀਆ ਜਿਹਦੇ ਨਾਲ ਫੈਲਦਾ ਪਲਾਜ਼ਮੋਡੀਅਮ, ਯਾਦ ਰੱਖਣਾ ਹੈ ਪਲਾਜ਼ਮੋਡੀਅਮ, ਪਲਾਜ਼ਮੋਡੀਅਮ। ਸਧਾਰਨ ਵਿਅਕਤੀ ਦੇ ਦਿਲ ਦੀ ਧੜਕਣ ਕਿੰਨੀ ਹੁੰਦੀ ਹੈ? ਤਾਂ ਸਧਾਰਨ ਵਿਅਕਤੀ ਦੇ ਦਿਲ ਦੀ ਧੜਕਣ ਕਿੰਨੀ ਹੁੰਦੀ ਹੈ? 70 ਤੋਂ 72 ਪ੍ਰਤੀ ਮਿੰਟ, ਸੌਖਾ ਹੈ। ਪਾਣੀ ਵਿੱਚ ਘੁਲਣਸ਼ੀਲ ਵਿਟਾਮਿਨ ਕਿਹੜੇ ਕਿਹੜੇ ਆ? ਦੋ ਹੀ ਆ ਜਿਹੜੇ ਪਾਣੀ ਵਿੱਚ ਘੁਲਣਸ਼ੀਲ ਆ, ਵਿਟਾਮਿਨ ਬੀ ਐਂਡ ਵਿਟਾਮਿਨ ਸੀ, ਯਾਦ ਰੱਖਣਾ ਵਿਟਾਮਿਨ ਬੀ ਐਂਡ ਵਿਟਾਮਿਨ ਸੀ। ਐਥੀਰੋਮਾ ਰੋਗ ਕਿਸ ਕਾਰਨ ਹੁੰਦਾ? ਐਥੀਰੋਮਾ ਤੁਹਾਡਾ ਸਰੀਰ ਹੈ ਜਿਹੜਾ ਉਹ ਬੇਸਿਕਲੀ ਫੁੱਲਦਾ, ਮੋਟਾਪਾ, ਮੋਟਾਪੇ ਕਾਰਨ ਐਥੀਰੋਮਾ ਰੋਗ ਹੋ ਜਾਂਦਾ। ਸਾਡੇ ਦੰਦ ਕਿੰਨੇ ਪ੍ਰਕਾਰ ਦੇ ਹੁੰਦੇ ਆ? ਸਾਡੇ ਦੰਦ ਜੀ 4 ਪ੍ਰਕਾਰ ਦੇ ਹੁੰਦੇ ਆ, 4 ਤਰ੍ਹਾਂ ਦੇ, ਯਾਦ ਇਹ ਰੱਖਣਾ। ਇਨਸੀਜ਼ਰ, ਪ੍ਰੀ ਮੋਲਰ, ਮੋਲਰ ਅਤੇ ਕੈਨਾਈਨ। ਸੋ ਇਹ ਯਾਦ ਰੱਖਣਾ ਬਹੁਤ ਹੀ ਇੰਪੋਰਟੈਂਟ ਹੈ। WBC ਦਾ ਪੂਰਾ ਨਾਮ ਕੀ ਹੈ? ਤਾਂ ਜਿਵੇਂ RBC ਦਾ ਸੀਗਾ ਰੈੱਡ ਬਲੱਡ ਸੈੱਲ, ਉਵੇਂ WBC ਦਾ ਕੀ ਹੈ? ਵਾਈਟ ਬਲੱਡ ਸੈੱਲ, ਠੀਕ ਹੋ ਗਿਆ, ਵਾਈਟ ਬਲੱਡ ਸੈੱਲ। ਸੋ ਇਹ ਯਾਦ ਤੁਸੀਂ ਰੱਖਣਾ ਹੈ। ਠੀਕ ਹੈ, ਵਾਈਟ ਬਲੱਡ ਸੈੱਲ ਯਾਨੀ ਕਿ ਚਿੱਟੇ ਰਕਤ ਕਣ। ਸੋ ਇਹ ਤੁਸੀਂ ਯਾਦ ਰੱਖਣਾ ਹੈ, ਵਾਈਟ ਇਹ ਤੁਹਾਡੇ ਹੋ ਗਏ ਅੱਜ ਦੇ ਲੈਕਚਰ ਦੇ ਕੁਐਸਚਨ। ਹਾਲਾਂਕਿ 2 ਪਾਰਟ ਸੀ ਇਹਦੇ ਵਿੱਚ, ਮੈਂ ਸੁਪਰ ਫਾਸਟ ਰਿਵੀਜ਼ਨ ਕਰਕੇ ਦੋਨੇ ਹੀ ਇੱਕ ਦੇ ਵਿੱਚ ਕਰਵਾਤੇ। ਇਸ ਤੋਂ ਬਾਅਦ ਆਪਾਂ ਨੈਕਸਟ ਪੋਰਸ਼ਨ ਦੇ ਵਿੱਚ ਮਿਲਾਂਗੇ ਜਿਹਦੇ ਵਿੱਚ ਆਪਾਂ ਹੋਰ 40 ਕੁਐਸਚਨ ਕਰਾਂਗੇ। ਸੋ ਇਹ ਬਹੁਤ ਇੰਪੋਰਟੈਂਟ ਕੁਐਸਚਨ, ਇਹਨਾਂ ਨੂੰ ਧਿਆਨ ਦੇ ਨਾਲ ਪੜ੍ਹਨਾ ਅਤੇ ਰੇਸ ਅਕੈਡਮੀ ਅਫੀਸ਼ੀਅਲ ਐਪ ਐਪਲੀਕੇਸ਼ਨ ਡਾਊਨਲੋਡ ਕਰ ਲਿਓ ਤਾਂ ਕਿ ਤੁਹਾਨੂੰ ਹੋਰ ਵੀ ਜਿਹੜੇ ਲੈਕਚਰ ਮਿਲ ਸਕਣ। ਥੈਂਕ ਯੂ ਵੈਰੀ ਮੱਚ, ਬਾਬਾ ਮਿਹਰ ਕਰੇ ਚੜ੍ਹਦੀ ਕਲਾ, ਚਲੋ ਇਸੇ ਤਰੀਕੇ ਨਾਲ ਪੜ੍ਹਦੇ ਰਹੋ। ਬਾਏ ਬਾਏ, ਟੇਕ ਕੇਅਰ।